ਅੱਲੈਕੁਮ ਦੋਸਤੋ ਆ ਤੁਸੀਂ ਦੇਖ ਰਹੇ ਹੋ ਤੇ ਕਿਨੂ ਕਿਨੂ ਪਹਿਚਾਨਿਆ ਕੀ ਲੱਗਦਾ ਮੈਂ ਤਾਂ ਹੁੰਦਾ ਇਹ ਲੱਗਦਾ ਜਨਾਬ ਧਨੀਆਂ ਇਹ ਧਨੀਆਂ ਲੱਗਾ ਦਵੇ ਤੇ ਧਨੀਆਂ ਤੋਂ ਬਾਅਦ ਤੁਹਾਨੂੰ ਹੁਣ ਪਾਲਕ ਦੇ ਵੀ ਫਸਲ ਦਿਖਾਣੀ ਹੈ ਜ਼ਰਾ ਪਾਲਕ ਲੋ ਜੀ ਇਹ ਜੇ ਪਾਲਕ ਲੱਗੀ ਦੀ ਹੈ ਮਾਸ਼ਾਅੱਲਾ ਬਹੁਤ ਹੀ ਪਿਆਰੀ ਲੱਗ ਰਹੀ ਹੈ ਪਾਲਕ ਤੁਸੀਂ ਦੇਖ ਰਹੇ ਹੋ ਪਾਲਕ ਕਿੰਡੀ ਖੂਬਸੂਰਤ ਲੱਗ ਰਹੀ ਹੈ ਤੇ ਤੇ ਜਨਾਬ ਇਹ ਆ ਗਏ ਮੇਥਰੇ ਜਿੰਨੂੰ ਕਹਿੰਦੇ ਨੇ ਮੇਥਰੀ ਇਹ ਮੇਥਰੀ ਲੱਗੀ ਜੇ ਨਜ਼ਰ ਆ ਰਹੀ ਹੈ ਮੇਥਰੀ ਕਿੰਡੀ ਹੂਬਸੂਰਤ ਲੱਗੀ ਦੀ ਹੈ ਇਹ ਮੇਥਰੀ ਜੇ ਸਾਰੀ ਇਹ ਜਨਾਬ ਗੋਂਗਲੂ ਲੱਗੇ ਨੇ ਮਾਸ਼ਾਅੱਲਾ ਇਹ ਛੋਟੇ ਛੋਟੇ ਗੋਂਗਲੂ ਨੇ ਇਹ ਵਿੱਚ ਵਿੱਚ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਮਠੇ ਮਠੇ ਇਹ ਗੋਂਗਲੂ ਲੱਗੇ ਨੇ ਬੜੇ ਹੂਬਸੂਰਤ ਲੱਗੇ ਨੇ ਤੇ ਜਨਾਬ ਮਾਸ਼ਾਅੱਲਾ ਹੁਣ ਅਸੀਂ ਆ ਗਿਆਂ ਮਟਰ ਦੇ ਕੋਲ ਆ ਇਹ ਮਟਰ ਕੱਚੀ ਏ ਤੇ ਤੁਹਾਨੂੰ ਫਲੀਆਂ ਨਜ਼ਰ ਆ ਰਹੀਆਂ ਨੇ ਮਟਰ ਦੀਆਂ ਆ ਦੇਖ ਰਹੇ ਹੋ ਇਹ ਮਟਰ ਲੱਗੀ ਦੀ ਏ ਸਾਰੀ ਇਹ ਟੋਟਲ ਇਸ ਪੈਰੀ ਦੇ ਵਿੱਚ ਮਟਰ ਲੱਗੀ ਏ ਮੈਂ ਥੋੜਾ ਜਿਹਾ ਜ਼ੂਮ ਕਰਕੇ ਵਖਾਵਾਂ ਇਹ ਮਟਰ ਇਹ ਕੱਚੀ ਏ ਤੇ ਮਾਸ਼ਾਅੱਲਾ ਮਾਸ਼ਾਅੱਲਾ ਇਹ ਲੱਗੀ ਏ ਜਨਾਬ ਗਾਜਰ ਗਾਜਰਾਂ ਵੀ ਇਹ ਕੱਚੀਆਂ ਨੇ ਇਹੇ ਪੌਦੇ ਜਿਹੜੇ ਨੇ ਇਹਦੇ ਜਵਾਨ ਹੋ ਰਹੇ ਨੇ ਇਹ ਸਾਰੀ ਗਾਜਰ ਏ ਆ ਲੋ ਜੀ ਜਨਾਬ ਅਸੀਂ ਇਧਰ ਦੇਖੋ ਕੀ ਕੀਤਾ ਇਧਰ ਦੇਖੋ ਜਨਾਬ ਇਧਰ ਦੇਖੋ ਇਧਰ ਇਹ ਜੇ ਜਨਾਬ ਮਟਰ ਮਟਰ ਦੇ ਦਾਣੇ ਖੂਬਸੂਰਤ ਮਾਸ਼ਾਅੱਲਾ 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 ਵੀਡੀਓ ਅੱਛੀ ਲੱਗੇ ਤੇ ਲਾਇਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਕਤਰੇ ਕਤਰੇ ਨੇ ਇਧਰ ਆ ਬਣਦਾ ਸੀਨ ਸਜਣੋ ਮੇਰੇ ਸੋਹਣਿਓ ਮਿੱਤਰੋ ਤੇ ਭੇਲੀਓ ਲੋ ਜੀ ਹੁਣ ਅਸੀਂ ਆ ਗਿਆਂ ਆਲੂਆਂ ਦੀ ਫਸਲ 'ਚ ਆਲੂ ਲੱਗੇ ਨੇ ਇੱਥੇ ਉਹ ਤੁਹਾਨੂੰ ਦਿਖਾਈਏ ਇਹ ਆਲੂ ਲੱਗੇ ਆ ਇਹ ਜੇ ਆਲੂ ਮੈਂ ਤੁਹਾਨੂੰ ਹੁਣ ਪੁੱਟ ਕੇ ਵਹਾ ਲਗਾ ਲੂ ਇਹ ਵੇਖਿਓ ਆਲੂ ਪੁੱਟ ਕੇ ਵਹਾ ਲਗਾ ਹੱਥ ਦੇ ਨਾਲ ਹੀ ਇਹ ਜੇ ਆਲੂ ਫਰੈਸ਼ ਆਲੂ ਵਾੜੀਆਂ ਅੱਖਾਂ ਦੇ ਸਾਹਮਣੇ ਮੈਂ ਚੈੱਕ ਕਰਾ ਰਿਹਾ ਵਾਂ ਹੱਥਾਂ ਦੇ ਨਾਲ ਕੱਢ ਗਿਆ ਇਹ ਜੇ ਆਲੂ ਜਨਾਬ ਮਾਸ਼ਾਅੱਲਾ ਅੱਲਾਹ ਦੀ ਕੁਦਰਤ ਦੇ ਨਜ਼ਾਰੇ ਤੇ ਅਸੀਂ ਅੱਲਾਹ ਦੀਆਂ ਨੇਮਤਾਂ ਦਾ ਸ਼ੁਕਰ ਹੀ ਨਹੀਂ ਅਦਾ ਕਰਦੇ ਸਾਨੂੰ ਸ਼ੁਕਰ ਅਦਾ ਕਰਨਾ ਚਾਹੀਦਾ ਵੇ ਤੇ ਹੁਣ ਤੁਹਾਨੂੰ ਅਸੀਂ ਵਹਾਵਾਂਗੇ ਥੋਮ ਥੋਮ ਵਹਾ ਲਗੇ ਆ ਲੋ ਜੀ ਮਾਸ਼ਾਅੱਲਾ ਐ ਸਾਰੀ ਪੈਲੀ ਦੇ ਵਿੱਚ ਲੱਗਿਆ ਦਾ ਵੇ ਥੋਮ ਟੋਟਲ ਥੋਮ ਲੱਗਿਆ ਦਾ ਤੁਸੀਂ ਚੈੱਕ ਕਰੋ ਤੇ ਮੇਰੇ ਚੈਨਲ ਦੇ ਵਿੱਚ ਤੁਹਾਨੂੰ ਦੁਨੀਆ ਦੀ ਹਰ ਚੀਜ਼ ਨਜ਼ਰ ਆਏਗੀ ਇਨਸ਼ਾ ਅੱਲਾਹ ਤਾਲਾ ਹਰ ਕਿਸਮ ਦੀ ਵੀਡੀਓ ਤੁਹਾਨੂੰ ਨਜ਼ਰ ਆਏਗੀ ਔਰ ਐ ਸਾਹਮਣੇ ਲੱਗਾ ਦਾ ਕਮਾਲ ਤੇ ਮੇਰੀ ਵੀਡੀਓ ਅੱਛੀ ਲੱਗੇ ਤੇ ਪਲੀਜ਼ ਲਾਈਕ ਕਮੈਂਟਸ ਸ਼ੇਅਰ ਤੇ ਜਨਾਬ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਜ਼ਰੂਰੀ ਨਹੀਂ ਕਿ ਮੈਂ ਇਹ ਵੀਡੀਓ ਬਣਾਉਣਾ ਮੈਂ ਹਰ ਕਿਸਮ ਦੀਆਂ ਵੀਡੀਓ ਬਣਾਉਣਾ ਆਪਣਾ ਸ਼ੌਕ ਹੈ ਢੋੜ ਢੋੜ ਕੇ ਦਾ ਸਾਹ ਚੜ ਗਿਆ ਹੁਣ ਤੇ ਹੁਣ ਅਸੀਂ ਵਾਪਸ ਆਪਣੇ ਵਤਨਾਂ ਨੂੰ ਮੁੜ ਲਗਿਆ ਜਨਾਬ ਦੁਆਵਾਂਾਂ ਦੀ ਯਾਦ ਰੱਖਿਓ ਮਹਿਰਮੁਮਨ ਸਿਟੀ ਸਿਆਲਕੋਟ ਜਨਾਬ ਖੁਦਾ হাফেজ